SGP C ਦੇ ਚੋਣਾਂ ਦਾ ਆਪਾਂ کہہ ਲਈਏ ਵੀ ਪੈਂਤਰਾ ਖੇਡਣ ਜਾ ਰਹੀ ਹੈ ਕੇਂਦਰ ਸਰਕਾਰ ਲੰਬੇ ਸਮੇਂ ਤੋਂ اٹਕੇ ਹੋਏ ਸੀਗੇ ਇਹ ਇਲੈਕਸ਼ਨ ਹੁਣ ਅਚਾਨਕ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਤੇ ਉਮੀਦ ਇਹ ਹੀ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋ ਸਕਦਾ ਹੈ ਕਿ SGP C ਇਲੈਕਸ਼ਨ ਹੋ ਜਾਵੇ ਕਿਉਂਕਿ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਅਗਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਸਿੱਧਾ ਕੰਟਰੋਲ ਸੈਂਟਰ ਦੇ ਡਾਇਰੈਕਟ ਥੱਲੇ ਹੋ ਜਾਂਦਾ ਹੈ ਉਹ ਬਾਦਲ ਹੁਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਗਿਆ ਤੇ ਜੇ ਤੁਸੀਂ ਸੁਖਦੇਵ ਸਿੰਘ ਢੀਂਡਸਾਹ ਹਰਾਂ ਦੀ ਗੱਲ ਕਰਦੇ ਹੋ ਪਿੱਛੇ ਜੇ ਇਹ ਵੀ ਕਹਿ ਚੁੱਕਿਆ ਵੀ ਆਰਐਸਐਸ ਚੰਗੀ ਹੈ ਉਹ ਅਕਾਲੀ ਦਲ ਦੀ ਹੋਵੇ ਪੈਟ ਵੋਟ ਹੋਵੇ ਉਹ ਅਕਾਲੀ ਦਲ ਨੂੰ ਪੈ ਗਈ ਬਾਕੀ ਜਿਹੜੀ ਡਿਸੀਜਨੇਬਲ ਵੋਟ ਹੈ ਜਿੰਨੇ ਡਿਸੀਜਨ ਬਣਾਉਣਾ ਸੀ ਕਿ ਕੌਣ ਜਿੱਤੇਗਾ ਉਹ ਟੁੱਟ ਗਈ ਉਹ ਟੁੱਟ ਗਈ ਤੇ ਫਿਰ ਉਸ ਤੋਂ ਬਾਅਦ ਜੇਤੂ ਤਾਂ ਉਹੀ ਹੈ ਨਾ ਭਾਵੇਂ ਉਹਨੂੰ ਥੋੜੀਆਂ ਪੈ ਜਾਣ ਕਿਉਂਕਿ ਜੇ ਬਹੁਤ ਸਾਰੇ ਧੜੇ ਹੋ ਗਏ ਫਿਰ ਤੇ ਉਹ ਆਪਣੇ ਆਪ ਵੀ ਜਿੱਜਣੇ ਆ ਹੂੰ 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 ਜੇ ਬੱਕਰੇ ਬੱਕਰੇ ਕੈਂਡੀਡੇਟ ਖੜੇ ਹੋਗੇ ਉਹਨਾਂ ਨੂੰ ਥੋੜੀ ਵੋਟ ਵੀ ਪੈ ਗਈ ਹੋਵੇ ਜੇ ਜਿੱਤ ਜਾਣਗੇ एसजीपीसी ਦੇ ਚੋਣਾਂ ਦਾ ਆਪਾਂ ਕਹਿ ਲਈਏ ਵੀ ਪੈਂਤਰਾ ਖੇਡਣ ਜਾ ਰਹੀ ਹੈ ਕੇਂਦਰ ਸਰਕਾਰ ਤੁਸੀਂ ਦੇਖ ਰਹੇ ਹੋ ਕਿਉਂ ਉਹਨਾਂ ਵੱਲੋਂ ਖੇਡਿਆ ਗਿਆ ਜਾਂ ਕੀ ਹੈ ਲੰਬੇ ਸਮੇਂ ਤੋਂ اٹਕੇ ਹੋਏ ਸੀਗੇ ਇਹ ਇਲੈਕਸ਼ਨ ਹੁਣ ਅਚਾਨਕ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਬਿਲਕੁਲ ਜਦੋਂ ਆਪਾਂ ਦੇਖੀ ਨਾ ਕਿ ਆਜ਼ਾਦੀ ਤੋਂ ਬਾਅਦ ਚ ਜਦੋਂ ਦੀ ਭਾਰਤ ਸਰਕਾਰ ਦੇ ਅੰਦਰ ਆਈ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਕਿਤਨਾ ਕਿਤੇ ਹੈ ਤੇ ਸੈਂਟਰ ਦੇ ਅੰਦਰ ਹੂੰ ਜਦੋਂ ਸੈਂਟਰ ਸਰਕਾਰ ਚਾਵੇ ਉਦੋਂ ਉਹ ਚੋਣਾ ਕਰਾਉਂਦੇ ਨੇ ਜਦੋਂ ਉਹਨਾਂ ਨੂੰ ਪਾਉਂਦਾ ਹੋਵੇ ਕਿ ਆ ਹੁਣ ਟਾਈਮ ਹੈਗਾ ਬਿਲਕੁਲ ਤੇ ਹੁਣ ਆਪਾਂ ਜਿਹੜਾ ਜਿਹੜਾ ਰੀਸੈਂਟ ਐਪੀਸੋਡ ਇਸ ਦੇ ਵਿੱਚ ਹੋਇਆ ਉਹ ਇਹ ਹੋਇਆ ਕਿ ਅਕਾਲੀ ਦਾ ਲੈਂਡੀਆ ਤੋਂ ਬਾਹਰ ਆਇਆ ਬਿਲਕੁਲ ਤੇ ਹੁਣ ਉਹਨਾਂ ਨੇ ਜਿਹੜਾ ਹੈਗਾ ਆਪਣੇ ਵੀ ਪੈਦੜੇ ਦਿਖਾਉਣੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਐਕਸ ਜਸਟਿਸ ਰਹੇ ਨੇ ਐਸ ਐਸ ਸਾਰੋਂ ਉਹਨਾਂ ਨੂੰ ਜਿਹੜਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ ਹਮਮ ਔਰ 2 ਸਾਲ ਦੀ ਉਹਨਾਂ ਦੀ ਨਿਯੁਕਤੀ ਹੈਗੀ ਆ ਤੇ ਉਮੀਦ ਇਹ ਹੀ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋ ਸਕਦਾ ਹੈ ਕਿ ਐਸਜੀਪੀਸੀ ਇਲੈਕਸ਼ਨ ਹੋ ਜਾਵੇ ਕਿ ਦੇ ਵਿੱਚ ਇਹ ਵੀ ਇਥੋਂ ਦਾ ਕਿ ਵੀ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਸਾਰੀਆਂ ਜਿੰਨੀਆਂ ਪੋਲਿਟੀਕਲ ਪਾਰਟੀਆਂ ਨੇ ਉਹ ਇਸ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਕੋਈ ਨਾ ਕੋਈ ਵਿੰਗ ਤੁਹਾਨੂੰ ਯਾਦ ਹੋਵੇਗਾ ਵਿਧਾਨ ਸਭਾ ਦੇ ਵਿੱਚ ਜਦੋਂ ਰਿਪੋਰਟ ਪੇਸ਼ ਹੋਈ ਸੀ ਤੇ ਉਦੋਂ ਜਿਹੜਾ ਹੈਗਾ ਕੈਪਟਨ ਦੇ ਇੱਕ ਮੰਤਰੀ ਨੇ ਕਿਹਾ ਸੀ ਕਿ ਤੁਸੀਂ ਮੇਰੇ ਖਾ ਨਵਜੋਤ ਸਿੰਘ ਸਿੱਧੂ ਨੇ ਹੀ ਕਿਹਾ ਸੀ ਕਿ ਤੁਸੀਂ ਹਰੇ ਤਗੜੇ ਹੋਵੋ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਕਿ ਸ਼੍ਰੋਮਣੀ ਕਮੇਟੀ ਵੱਲ ਤੁਸੀਂ ਵੀ ਹੱਥ ਮਾਰੋ ਤੇ ਉਹ ਚੀਜ਼ਾਂ ਤੋਂ ਤੁਸੀਂ ਇਨਕਾਰ ਨਹੀਂ ਸਕਦੇ ਹੋਈ ਭਾਵੇਂ 2 ਸਾਲ ਪਹਿਲਾਂ ਕਿਤੇ ਨਾ ਕਿਤੇ ਉਹਨਾਂ ਦੀ ਵੀ ਸੋਚ ਹੈਗੀ ਆ ਬਿਲਕੁਲ ਔਰ ਦੂਸਰੇ ਬੰਨੇ ਜਿਹੜਾ ਹੈਗਾ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਕਿਹਾ ਕਿ ਅਸੀਂ ਵੀ ਜਿਹੜਾ ਇੱਥੇ ਉਹਨਾਂ ਨੇ ਤਾਂ ਸ਼ਹਿਰਬ ਕੀਤਾ ਉਹਨਾਂ ਨੇ ਕਿਹਾ ਹੋਇਆ ਨਾ ਕਿ ਅਸੀਂ ਜਿਹੜਾ ਆਪਣਾ ਡੈਮੋਕ੍ਰੈਟਿਕ ਕਰਕੇ ਅਕਾਲੀ ਦਲ ਬਣਾਇਆ ਸੀ ਸਾਰੇ ਜਿਹੜੇ ਕੈਂਡੀਡੇਟ ਖੜਾ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਜਿਹੜੀਆਂ ਪੰਥਕ ਤਰ੍ਹਾਂ ਹੈਗੀਆਂ ਉਹ ਵੀ ਇਸ ਦੇ ਵਿੱਚ ਆਪਣਾ ਜਿਹੜਾ ਹੈਗਾ ਭਾਈ ਚਾਹੇ ਰਣਜੀਤ ਸਿੰਘ ਹੋਣੀ ਹੋਣ ਜਿਹੜੇ ਪੁਰਾਣੇ ਜਥੇਦਾਰ ਸਾਬਕਾ ਜਥੇਦਾਰ ਰਹੇ ਆ ਉਹ ਵੀ ਇਸ ਦੇ ਵਿੱਚ ਆਉਣਗੇ ਔਰ ਕਿਤੇ ਨ ਹੂਲ ਕਾ ਹੋ ਰਹਾ ਨਵੀ ਇਹ ਗਲਤੀ ਅਨਾਉਂਸਮੈਂਟ ਕੀਤੀ ਹੋਈ ਆ ਵੀ ਆਪਾਂ ਵੀ ਉਹ ਚੋਣਾ ਜੜੀਆਂ ਲੜਾਂਗੇ ਜੀ ਬਿਲਕੁਲ ਇਹਨਾਂ ਦਾ ਤਾਂ ਮੇਰਾ ਖਿਆਲ ਉਹ ਸੁਖਦੇਵ ਸਿੰਘ ਢੀਡਸਾਲੇ ਉਹਦੇ ਨਾਲ ਗਰੁੱਪ ਵਿੱਚ ਹੋ ਸਕਦਾ ਇਹਨਾਂ ਦਾ ਕੁਝ ਹੋਵੇ ਕਿਉਂਕਿ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਤਾਰਾਂ ਜੜੀਆਂ ਕਿਉਂਕਿ ਜਦੋਂ ਅਸੀਂ ਐਕਸਪਰਟਸ ਦੀ ਰਾਏ ਦੇਖਦੇ ਆ ਜਾਂ ਮੀਡੀਆ ਰਿਪੋਰਟਸ ਦੇਖਦੇ ਆ ਨਾ ਤੇ ਸਾਨੂੰ ਪਤਾ ਲੱਗਦਾ ਕਿਉਂਕਿ ਸੁਖਦੇਵ ਸਿੰਘ ਢੀਡਸਾ ਹੋਣਾ ਨੂੰ ਮੀ ਪਦਮ ਪੂਸ਼ਣ ਮਿਲ ਚੁੱਕਿਆ अच्छा जी बिल्कुल ਉਦੋਂ ਫੂਲਕਾ ਸਾਹਿਬ ਨੂੰ ਵੀ ਮਿਲਿਆ ਸੀਗਾ ਤੇ ਉਹ ਤਾਰਾ ਕਿਤਨਾ ਕਿਤੇ ਉਧਰ ਖੜਕਦੀਆਂ ਹੈਗੀਆਂ ਔਰ ਸਿੱਖ ਚਿੰਤਕਾਂ ਦਾ ਕਹਿਣਾ ਕਿ ਅਗਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਸਿੱਧਾ ਕੰਟਰੋਲ ਸੈਂਟਰ ਦੇ ਡਾਇਰੈਕਟ ਥੱਲੇ ਹੋ ਜਾਂਦਾ ਹੈ ਉਹ ਬਾਦਲ ਹੁਣ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਗਿਆ ਬਿਲਕੁਲ ਬਿਲਕੁਲ ਤੇ ਜੇ ਤੁਸੀਂ ਸੁਖਦੇਵ ਸਿੰਘ ਢੀਂਡਸਾਹ ਹਰਾਂ ਦੀ ਗੱਲ ਕਰਦੇ ਹੋ ਪਿੱਛੇ ਜੇ ਇਹ ਵੀ ਕਹਿ ਚੁੱਕਿਆ ਵੀ ਆਰਐਸਐਸ ਚੰਗੀ ਹੈ ਹਾਂਜੀ ਉਹਨਾਂ ਦੇ ਬਿਆਨ ਵੀ ਦੰਦੇ ਆਏ ਹੈਗੇ ਸੋ ਜੇਕਰ ਆਪਾਂ ਕਹੀਏ ਵੀ ਸਿਫਤਾਂ ਹੋ ਰਹੀਆਂ ਕਿਤੇ ਨਾ ਕਿਤੇ ਉਸ ਤੋਂ ਬਾਅਦ ਬੀਜੇਪੀ ਦੇ ਨਾਲ ਨੇੜਤਾ ਉਹਨਾਂ ਦੀ ਹੈ ਉਹਨਾਂ ਦੀ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ ਨੇ ਸੋ ਸ਼੍ਰੋਮਣੀ ਕਮੇਟੀ ਦੀ ਜੇਕਰ ਚੋਣ ਹੁੰਦੀ ਹੈ ਉਹਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ ਸੋ ਉਹ ਕਿਤੇ ਨਾ ਕਿਤੇ ਫਿਰ ਉਹ ਸਿੱਧੇ ਕਨੈਕਸ਼ਨ ਵਾਲੀ ਗੱਲ ਆ ਜੂਗੀ ਹੁਣ ਸਵਾਲ ਮੇਰਾ ਇਹਦੇ ਨਾਲ ਹੀ ਜਿਹੜਾ ਲੱਗਦਾ ਹੈ ਕਿ ਅਲਾਂਤਾਂ ਹੋ ਗਿਆ ਚਲੋ ਠੀਕ ਹੈ ਵੀ ਹੁਣ ਇੱਕ ਦੋ ਸਾਲ ਦੇ ਵਿੱਚ ਚੋਣਾਂ ਹੋ ਜਾਣਗੀਆਂ ਪਾਰਟੀਆਂ ਵੀ ਤੁਸੀਂ ਦੱਸ ਦਿੱਤੀਆਂ ਵੀ ਰਾਜਨੀਤਿਕ ਪਾਰਟੀਆਂ ਵੀ ਜਥੇਬੰਦੀਆਂ ਸਾਰੀਆਂ ਜਿਹੜੀਆਂ ਪੱਬਾਂ ਪਾਰ ਹੋ ਗਈਆਂ ਜੀ ਕਿਹੜੀ ਪਾਰਟੀ ਜਿਹੜੀ ਹੈ ਕਿਉਂਕਿ ਹੁਣ ਬਾਦਲ ਸਾਹਿਬ ਜੇ ਕਹੀਏ ਕਿ ਇਹਨਾਂ ਦੀ ਤਾਂ ਉਹ ਖੜਕ ਗਈ ਇਸੇ ਕਰਕੇ ਚੋਣਾਂ ਦਾ ਐਲਾਨ ਹੋਇਆ ਤੁਸੀਂ ਦੱਸ ਰਹੇ ਹੋ ਸੋ ਹੁਣ ਕਿਹੜਾ ਅੱਗੇ ਆਏਗਾ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਸੰਭੂਗਾ ਬਿਲਕੁਲ ਅ ਦੇਖੋ ਇਹਦੇ ਚ ਆਪਾਂ ਅਜੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼੍ਰੋਮਣੀ ਕਮੇਟੀ ਬਾਦਲ ਹੋਂਨਾ ਦੇ ਕੋਲੋਂ ਚੱਲ ਜੇਗੀ ਕਿਉਂਕਿ ਇੱਕ ਵੱਡਾ ਤਬਕਾ ਇਹਦੇ ਚ ਸੰਤ ਸਮਾਜ ਦਾ ਵੀ ਇੱਕ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ ਉਹ ਅਜੇ ਨਾਲ ਹੈਗੇ ਨਹੀਂ ਉਹਨਾਂ ਦੇ ਵੋਟ ਬੈਂਕ ਨੂੰ ਇੰਨਾ ਜੇ ਕੋਈ ਫਰਕ ਨਹੀਂ ਪਿਆ ਗਿਆ ਆਪਾਂ ਪੋਲਿਟੀਕਲ ਵੀ ਦੇਖਿਆ ਜਾਵੇ ਨਾ ਭਾਵੇਂ ਕਿ ਇਵਨ ਕਿ ਆਪਾਂ ਜੇ ਦੂਸਰੇ ਸਿਨੈਰੀਓ ਚ ਦੇਖੀਏ ਸ਼੍ਰੋਮਣੀ ਕਮੇਟੀ ਤੋਂ ਹਟ ਕੇ ਵੀ ਦੇਖੀਏ ਤੇ ਜਿਹੜੀਆਂ 2000 ਆਪਾਂ ਕਹੀਏ ਕਿ 19 ਦੇ ਵਿੱਚ ਇਲੈਕਸ਼ਨ ਹੋਈਆਂ ਸੀ ਜਿਸ ਦੇ ਵਿੱਚ ਭਾਵੇਂ ਦੋ ਹੀ ਸੀਟਾਂ ਆਈਆਂ ਸੀ ਲੇਕਿਨ ਵੋਟ ਪਰਸੈਂਟੇਜ ਅ ਹੈਗਾ ਹੋਰ ਜ਼ਿਆਦਾ ਇਹਨੂੰ ਜਾਂਚਣ ਦੀ ਲੋੜ ਹੈ ਕਿ ਲੋਕ ਕਿੱਧਰ ਨੂੰ ਜਾਂਦੇ ਹੈਗੇ ਨੇ ਕਿਉਂਕਿ ਇਹ ਦੋਨੋਂ ਸਾਈਡ ਬਾਈ ਸਾਈਡ ਹੀ ਚੱਲੀਆਂ ਜੇ ਉਹਨਾਂ ਦਾ ਪੋਲੀਟੀਕਲ ਇਨਫਲੂਐਂਸ ਹੋਊਗਾ ਜੀ ਜੀ ਹੁਣ ਜਿਹੜਾ ਆਪਾਂ ਦੇਖਿਆ ਨਾ ਕਿ ਇੰਨਾ ਵੱਡਾ ਸਟੈਂਡ ਉਹਨਾਂ ਵੱਲੋਂ ਲਿਆ ਗਿਆ ਕਿ ਭਾਜਪਾ ਤੋਂ ਟੋੜ-ਬਿਛੋੜਾ ਕਰਤਾ ਉਹਨਾਂ ਨੂੰ ਲੱਗਿਆ ਕਿ ਸਾਡੀ ਗਰਾਊਂਡ ਖਤਮ ਹੋ ਜਾਣੀ ਹੈ ਜੇ ਫਾਰਮਰ ਵਾਲੇ ਸਟੈਂਡ ਦੇ ਜੇ ਅਸੀਂ ਵਾਪਸ ਜੇ ਕਹ ਲਓ ਵੀ ਅਸੀਂ ਯੂ-ਟਰਨ ਮਾਰ ਕੇ ਜੇ ਅਸੀਂ ਦੁਬਾਰਾ ਭਾਜਪਾ ਦੇ ਹੱਕ 'ਚ ਖੜਦੇ ਆਂ ਤੇ ਅਸੀਂ ਪੰਜਾਬ ਜਿਹੜਾ ਹੈਗਾ ਖਤਮ ਕਰ ਸਕਦੇ ਆਂ ਆਪਣੇ ਹੱਥੋਂ ਗਵਾ ਲੈਣਾ ਆਪਣੇ ਹੱਥੋਂ ਗਵਾ ਲੈ ਸਟਰੋਂਗ ਹੈ ਬਾਕੀ ਆਉਣ ਵਾਲੇ ਦਿਨਾਂ ਚ ਦੇਖੋ ਕਿ ਕੀ ਹੈਗਾ ਫਿਰ ਅਕਾਲੀ ਦਲ ਟਕਸਾਲੀ ਇਸ ਦੇ ਵਿੱਚ ਹੈਗਾ ਉਹ ਕੀ ਰੋਲ ਪਲੇ ਕਰਦੇ ਆ ਕੀ ਉਹ ਇਦਾਂ ਦੇ ਕੈਂਡੀਡੇਟ ਕੈ ਲੀਏ ਜਾਂ ਕੀ ਇਦਾਂ ਦਾ ਕੋਈ ਪ੍ਰਚਾਰ ਕਿਉਂਕਿ ਅਕਾਲੀ ਦਲ ਬਾਦਲ ਕੋਲੇ ਗਰਾਉਂਡ ਲੈਵਲ ਤੇ ਰਿਸੋਰਸਸ ਬਹੁਤ ਜ਼ਿਆਦੇ ਨੇ ਠੀਕ ਹੈ ਸੁਖਦੇਵ ਸਿੰਘ ਢੀਂਡ ਸਾਨੂੰ ਅਜੇ ਉਹ ਕੜਨੇ ਮੈਲੇ ਨੇ ਬਿਲਕੁਲ ਬਿਲਕੁਲ ਪਰ ਕੀ ਇਹਦੇ ਵਿੱਚ ਸੈਂਟਰ ਗਵਰਨਮੈਂਟ ਦੀ ਕੀ ਇਨਵੋਲਵਮੈਂਟ ਹੁੰਦੀ ਆ ਜਾਂ ਕਿਹੜੇ ਕਰਵਟ ਤੇ ਜਾਂਦੀ ਹੈਗੀ ਆ ਗੱਲ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਹੌਲੀ ਹੌਲੀ ਪੱਤੇ ਖੁੱਲਨੇ ਸ਼ੁਰੂ ਹੋ ਜਾਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਸ਼ੋਡਾਂ 'ਚ ਵੀ ਜਿਹੜੀਆਂ ਹੈਗੀਆਂ ਐਕਟੀਵਿਟੀ ਤੇਜ਼ ਹੋ ਜਾਣਗੀਆਂ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦਾ ਕੀ ਹੈਗਾ ਕੀ ਲੋਕ ਇਹਨਾਂ ਤੇ ਦੁਬਾਰਾ ਭਰੋਸਾ ਕਰਦੇ ਆ ਜਾਂ ਨਹੀਂ ਜਾਂ ਲੋਕਾਂ ਨੂੰ ਵੀ ਥੋੜਾ ਜਿਹਾ ਜਾਗਰੂਕ ਹੋ ਕੇ ਦੇਖਣਾ ਪਊਗਾ ਕਿ ਕਿਹੜੇ ਬੰਦੇ ਨੂੰ ਜਿਹੜਾ ਹੈਗਾ ਜਾਣਾ ਹੈਗਾ ਕਿਉਂਕਿ ਜੇ ਬ ਵੱਖਰੇ ਕੈਂਡੀਡੇਟ ਖੜੇ ਹੋ ਗਏ ਉਹਨਾਂ ਨੂੰ ਥੋੜੀ ਵੋਟ ਵੀ ਪੈ ਗਈ ਉਹ ਦੇ ਜੇ ਉਹ ਫਿਰ ਜਿੱਤ ਜਾਣਗੇ ਬਿਲਕੁਲ ਆਮ ਹੀ ਰਾਜਨੀਤਿਕ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਜੇ ਹੁਣ ਪੰਜਾਬ ਦੀ ਜਾਂ ਕਿਸੇ ਵੀ ਸਟੇਟ ਦੀ ਰਾਜਨੀਤੀ ਦੀ ਗੱਲ ਕਰੀਏ ਕਿ ਆਮ ਵਰਤਿਆ ਜਾਂਦਾ ਛੋਟੀਆਂ-ਮੋਟੀਆਂ ਪਾਰਟੀਆਂ ਨੂੰ ਵੋਟ ਬੈਂਕ ਖਰਾਬ ਕਰਨ ਵਾਸਤੇ ਸੋ ਇਸੇ ਤਰ੍ਹਾਂ ਸ਼ਾਇਦ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਇੱਥੇ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਭਾਈ ਵਡਾਲਾ ਹੋਣੀ ਹੈਗੇ ਆ ਉਹ ਦਿੱਲੀ ਦੇ ਵਿੱਚ ਆ ਕੇ ਇਲੈਕਸ਼ਨ ਲੜਦੇ ਹੈਗੇ ਆ ਉਹ ਕਿਤਨਾ ਕਿਤੇ ਜਿਹੜਾ ਹੈਗਾ ਨਾ ਉਹ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਜਾਂਦੀਆਂ ਹੈਗੀਆਂ ਕਿਉਂਕਿ ਜਦੋਂ ਤੁਸੀਂ ਵੋਟਾਂ ਤੋੜ ਲੈਨੇ ਹੋ ਜੀ ਤੇ ਦੂਸਰੇ ਬੰਨੇ ਵੋਟਾਂ ਟੁੱਟ ਗਈਆਂ ਪਰ ਉਹ ਜਿਹੜੀ ਉਹਨਾਂ ਦੀ ਪੱਕੀ ਵੋਟ ਹੈ ਚਾਹੇ ਉਹ ਅਕਾਲੀ ਦਲ ਦੀ ਹੋਵੇ ਪੈਟ ਵੋਟ ਹੋਵੇ ਉਹ ਅਕਾਲੀ ਦਲ ਨੂੰ ਪੈ ਗਈ ਹੂੰ ਬਾਕੀ ਜਿਹੜੀ ਡਿਸੀਜਨੇਬਲ ਵੋਟ ਹੈ ਜਿੰਨੇ ਡਿਸੀਜਨ ਬਣਾਉਣਾ ਸੀ ਕਿ ਕੌਣ ਜਿੱਤੇਗਾ ਉਹ ਟੁੱਟ ਗਈ ਉਹ ਟੁੱਟ ਗਈ ਤੇ ਫਿਰ ਉਸ ਤੋਂ ਬਾਅਦ ਜੇਤੂ ਤਾਂ ਉਹੀ ਹੈ ਨਾ ਭਾਵੇਂ ਉਹਨੂੰ ਥੋੜੀਆਂ ਪੈ ਜਾਣ ਬਿਲਕੁਲ 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 ਇਹ ਇਹ ਵੀ ਸੋਚਣਾ ਪਾਏਗਾ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਹੈਗੀ ਆ ਸੋ ਦੇ ਨਾਲ ਨਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਐਸਜੀਪੀਸੀ ਚਾਹੇ ਮੰਨ ਲਈਏ ਵੀ ਆਪਾਂ ਬਾਦਲ ਸਾਹਿਬ ਦੇ ਕੋਲ ਰਹਿ ਜਾਂਦੀ ਹੈ ਦੁਬਾਰਾ ਕੋਈ ਹੋਰ ਪਾਰਟੀ ਆ ਜਾਂਦੀ ਹੈ ਕੀ ਸਿੱਖਾਂ ਦੇ ਮਸਲੇ ਹੱਲ ਹੋ ਜਾਣਗੇ ਪੰਜਾਬ ਚ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਐਸਜੀਪੀਸੀ ਦਾ ਜਿਹੜਾ ਹੈਗਾ ਨਾ ਜਿਆਦਾ ਹੈਗਾ ਕਿ ਗੁਰਦੁਆਰਿਆਂ ਦੀ ਸੰਭਾਲ ਦਾ ਜਿਹੜਾ ਮੇਨ ਹੈਗਾ ਜੇ ਹੁਣ ਇਹਦੇ ਚ ਵੱਡਾ ਜਿਹੜਾ ਹੈਗਾ ਨਾ ਕਿ ਜੋ ਬਾਦਲ ਪਰਿਵਾਰ ਤੇ ਇਲਜ਼ਾਮ ਲੱਗਦੇ ਨਹੀਂ ਨੇ ਕਿ ਉਹ ਆਪਣੇ ਨਿੱਜੀ ਮਫਾਦਾਂ ਲਈ ਐਸਜੀਪੀਸੀ ਨੂੰ ਵਰਤਦੇ ਰਹੇ ਨੇ ਜਿਹੜਾ ਉਹਨਾਂ ਤੇ ਵੱਡਾ ਇਲਜ਼ਾਮ ਲੱਗਦਾ ਰਿਹਾ ਚਾਹੇ ਉਹ ਰੈਲੀਆਂ ਦੇ ਵਿੱਚ ਯੂਜ਼ ਕਰਦੇ ਹੋਣ ਜਾਂ ਪੋਲਿਟੀਕਲ ਜੇ ਜੇ ਇਸ ਤਰੀਕੇ ਨਾਲ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਨਾ ਇਸ ਦੇ ਵਿੱਚ ਵੀ ਚੰਗੇ ਲੋਕ ਆਉਂਦੇ ਰਹੇ ਨੇ ਆਪਾਂ ਇਹ ਨਹੀਂ ਬਿਲਕੁਲ ਹੀ ਆਪਾਂ ਨਕਾਰ ਨਹੀਂ ਸਕਦੇ ਕਿਉਂਕਿ ਜਿਹੜੀ ਸੰਸਥਾ ਹੈਗੀ ਨਾ ਬਹੁਤ ਵੱਡੀ ਸੰਸਥਾ ਬਹੁਤ ਵੱਡਾ ਇਹਦਾ ਬਜਟ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਕਈ ਵਾਰੀ ਬਿਲਕੁਲ ਜ਼ਿਆਦਾ ਹੀ ਹੋ ਜਾਂਦੇ ਆ ਨਾ ਜੀ ਇਹ ਤਾਂ ਐਵੇਂ ਕੁਝ ਵੀ ਨਹੀਂ ਹੈਗਾ ਹੁਣ ਜੇ ਤੁਸੀਂ ਪੰਜਾਬ ਦੇ ਵਿੱਚੋਂ ਐਸਟੀਪੀਸੀ ਕੱਢ ਦਿਓ ਤੇ ਕਿੰਨੀ ਤੁਹਾਡੀ ਅਨਪਲੋਇਮੈਂਟ ਹੋ ਜਾਊਗੀ ਜਿਹੜਾ ਤੁਹਾਡਾ ਉੱਥੇ ਆਪਣੇ ਜਿਹੜੇ ਹੈਗੇ ਨਾ ਉੱਥੇ ਭਰਾ ਹੈਗੇ ਵੀਰ ਭਰਾ ਹੈਗੇ ਆ ਚਾਹੇ ਉਹ ਉਹਨਾਂ ਨੂੰ ਠੀਕ ਹੈ ਕਈ ਵਾਰੀ ਆਰਡਰ ਉਤੋਂ ਉਹੋ ਜੇ ਆ ਜਾਂਦੇ ਆ ਜਾਂ ਉਹ ਕਈ ਵਾਰੀ ਗਲਤ ਕੰਮ ਫੇਰ ਵੀ ਦਿੰਦੇ ਪਰ ਉਹਨਾਂ ਦੀਆਂ ਜੌਬਾਂ ਉੱਥੇ ਚੱਲਦੀਆਂ ਹੈਗੀਆਂ ਜੇ ਤੁਸੀਂ ਕਹਦੇ ਬੀਐਸਜੀਪੀਸੀ ਪੂਰੇ ਸੈਟਅਪ ਚੋਂ ਹੀ ਕੱਢ ਦਿਓ ਹੁਣ ਐਸਜੀਪੀਸੀ ਦਾ ਇੱਕ ਵੱਡਾ ਬਜਟ ਹੈਗਾ ਜਿਹੜਾ ਕਿ ਉਹ ਕੱਲਾ ਉਹਨਾਂ ਦੀਆਂ ਫੀਸਾਂ ਭਰਨ ਚ ਹੀ ਚੱਲ ਜਾਂਦਾ ਬੀਬੀ ਜਿਹੜੇ ਹੈਗੇ ਕਿਰਨ ਜੋਤਗੌਰ ਜੀ ਉਹਨਾਂ ਨੇ ਇਹ ਗੱਲ ਉਹਨਾਂ ਨੇ ਵੀ ਕਹੀ ਸੀ ਉਹ ਕਹਿੰਦੇ ਕਿ ਅਸੀਂ ਸਾਰਾ ਕੁਝ ਜੇ ਜਿਹੜਾ ਬਜਟ ਦਾ ਤੁਸੀਂ ਇੰਨਾ ਵੱਡਾ ਹਿੱਸਾ ਤੁਸੀਂ ਕੱਲਾ ਖਰਚੇ ਤੇ ਹੀ ਤੁਸੀਂ ਲਾ ਰਹੇ ਹੋ ਤੇ ਤੁਸੀਂ ਪ੍ਰਚਾਰ ਵਾਲੇ ਬੰਨੇ ਕੋਈ ਧਿਆਨ ਹੀ ਨਹੀਂ ਦੇ ਰਹੇ ਮੈਂ ਨਹੀਂ ਪ੍ਰਚਾਰ ਵਾਲੇ ਬੰਨੇ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਇਹਦੇ ਬਾਰੇ ਜਿਹੜਾ ਹੈਗਾ ਸੰਗਤਾਂ ਨੂੰ ਸੁਚੇ ਖਾਸ ਕਰਕੇ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਜਿਹੜਾ ਬੋਲਣਾ ਪਵੇਗਾ ਆਪਾਂ ਦੇਖਿਆ ਕਿ ਜਦੋਂ اجلاس ਹੋਇਆ ਹਮਮ ਔਰ ਬੀਬੀ ਕਿਰਨ ਜੋਤ ਗੁਰ ਹੁਣਾ ਨੇ ਉਹਨਾਂ ਨੇ ਜਦੋਂ ਕਿਦਾਂ ਉਹ ਮਤਲਬ ਉਹ ਡੱਟ ਕੇ ਖੜ ਗਏ ਬਿਲਕੁਲ ਉਹਨੂੰ ਹਟਾਇਆ ਗਿਆ ਪਿਛਲੀ ਵਾਰ ਵੀ ਹਟਾਇਆ ਗਿਆ ਤੇ ਇਸ ਵਾਰ ਵੀ ਹਟਾਇਆ ਗਿਆ ਬੋਲਣ ਨੂੰ ਪਿਛਲੀ ਵਾਰ ਤਾਂ ਬਿਲਕੁਲ ਹੀ ਹਟਾ ਲਿਆ ਗਿਆ ਨਾ ਇਸ ਵਾਰ ਤੇ ਚਲੋ ਡਟ ਕੇ ਬੋਲਦੇ ਰਹੇ ਉਹਨਾਂ ਨੇ ਮਤਲਬ ਚੀਜ਼ਿਕ ਨਹੀਂ ਕੀਤੀ ਜਾਂ ਆਪਾਂ ਕਹਿ ਲਈਏ ਕਿ ਹੋਰ ਅੰਦਰ ਉਹਨਾਂ ਦੇ ਜज्ਬਾ ਸੀ ਤੇ ਇਤਨਾ ਸਾਨੂੰ ਸਵਾਲ ਪੁੱਛਣੇ ਪੈਣਗੇ ਜਦੋਂ ਅਸੀਂ ਉੱਪਰਲੇ ਆਰਡਰ ਨੂੰ ਮੰਨਦੇ ਰਵਾਂਗੇ ਜਿਉਂ ਦਾ ਤਿਉਂ ਮੰਨਦੇ ਰਵਾਂਗੇ ਉਦੋਂ ਨਾ ਤੇ ਕੋਈ ਮਸਲੇ ਹੱਲ ਹੋਣੇ ਆ ਨਾ ਸੁਧਾਰ ਹੋਣੇ ਆ ਇੰਡੀਵਿਜੂਅਲ ਲੈਵਲ ਤੇ ਅਸੀਂ ਦੇਖੇ ਕਿ ਅਸੀਂ ਇੱਕ ਗੁਰੂ ਦੀ ਸੰਸਥਾ ਲਈ ਕੰਮ ਕਰ ਰਹੇ ਆ ਸਾਡਾ ਜਿਹੜਾ ਰੋਟੀ ਪਾਣੀ ਉਦੋਂ ਚੱਲ ਰਿਹਾ ਹੈਗਾ ਸਾਡਾ ਜਿਹੜਾ ਪਰਿਵਾਰ ਅਸੀਂ ਪਾਲ ਰਹੇ ਆ ਪਰ ਕਿਤੇ ਨਾ ਕਿਤੇ ਅਸੀਂ ਉਸ ਗੁਰੂ ਨੂੰ ਜਵਾਬ ਦੇ ਹੈਗੇ ਆ ਜੀ ਅਸੀਂ ਕਿਸੇ ਕਰਪਸ਼ਨ ਦਾ ਹਿੱਸਾ ਬੰਦੇ ਆ ਤੇ ਆਪਣੇ ਆਪ ਦੇ ਵਿੱਚ ਇਹ ਚਾਹੇ ਸਾਡੀ ਆਤਮਾ ਤੇ ਵੀ ਲੱਗਣਾ ਚਾਹੀਦਾ ਸਾਡਾ ਐਡਾ ਕਿਰਦਾਰ ਹੋਣਾ ਚਾਹੀਦਾ ਜੋ ਗੁਰੂ ਸਾਹਿਬ ਨੇ ਸਾਨੂੰ ਕਿਰਦਾਰ ਬਖਸ਼ਿਆ ਸੀ ਬਿਲਕੁਲ ਜੀ ਬਿਲਕੁਲ ਵਾਕਿਆ ਹੀ ਐਸਜੀਪੀਸੀ ਦਾ ਵੱਡਾ ਰੋਲ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਜੇਕਰ ਮਾੜੇ ਕੰਮ ਨਹੀਂ ਤਾਂ ਚੰਗੇ ਵੀ ਬਹੁਤ ਹੋ ਰਹੇ ਆ ਸੋ ਚੋਣਾ ਹੋਣਾ ਇਲੈਕਸ਼ਨਾਂ ਹੋਣ ਜੰਮ ਜੰਮ ਹੋਣ ਪਰ ਇਹਦੇ ਵਿੱਚ ਜਿਵੇਂ ਆਮ ਇਲੈਕਸ਼ਨਾਂ ਦੇ ਵਿੱਚ ਸ਼ਰਾਬਾਂ ਵਰਤਾਈਆਂ ਜਾਂਦੀਆਂ ਜਾਂ ਗਲਤ ਕੰਮ ਹੁੰਦੇ ਰਹੇ ਉਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਸਲੀਕੇ ਦੇ ਨਾਲ ਜੋ ਗੁਰੂ ਸਾਹਿਬ ਨੇ ਕਿਹਾ ਹੈ ਸ਼ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਦੀ ਗੱਲ ਹੈ ਸੋ ਸਲੀਕੇ ਦੇ ਨਾਲ ਸਾਫ਼ ਸੁਥਰੀਆਂ ਚੋਣਾਂ ਹੋਣੀਆਂ ਚਾਹੀਦੀਆਂ ਆਪਾਂ ਹੁਣ ਚੱਲਦੇ ਹਾਂ ਸੁਮੇਤ ਸ਼ੈਣੀ ਵਾਲੇ ਪਾਸੇ ਨੂੰ ਜੀ ਬਹੁਤ ਭਗਿਆ ਰਿਹਾ ਮਸਲਾ ਦੋ ਤਿੰਨ ਮਹੀਨੇ ਹੁਣ ਕੀ ਕਹਿਣਾ ਚਾਹੋਗੇ ਜਿਹੜੀ ਉਹਨਾਂ ਦੀ ਨਾ ਜ਼ਮਾਨਤ ਦੁਬਾਰਾ ਐਕਸਟੈਂਡ ਹੋ ਗਈ ਹੈ ਕਿ 14 ਅਕਤੂਬਰ ਨੂੰ ਜਿਹੜੀ ਅਗਲੀ ਡੇਟ ਉਹਨਾਂ ਦੀ ਪਈ ਹੈਗੀ ਆ ਹੂੰ ਔਰ 7 ਦਿਨ ਦਾ ਉਹਨਾਂ ਨੂੰ ਨੋਟਿਸ ਦੇਣਾ ਪਵੇਗਾ ਕਿਉਂਕਿ ਮਲਤਾਨੀ ਕੇਸ ਦੇ ਵਿੱਚ ਤੇ ਆਲਰੇਡੀ کورٹ ਨੇ ਗਿਆ ਹੈਗਾ ਨਾ ਵੀ ਤੁਹਾਨੂੰ ਫੜਨ ਦੀ ਕਾਲੀ ਕੀ ਹੈਗੀ ਆ ਇਹ ਡਰ ਇਹਨਾਂ ਨੂੰ ਇਹ ਸੀਗਾ ਕਿ ਜੇ ਅਸੀਂ ਕਿਤੇ ਇੱਧਰ ਹੱਥ ਆ ਜਾਈਏ ਤੇ ਕਿਤੇ ਇਹ ਨਾ ਹੋਵੇ ਸਾਨੂੰ ਕਿਸੇ ਦੂਸਰੇ ਕੇਸ ਦੇ ਵਿੱਚ ਅਰੈਸਟ ਕਰ ਲੈਣ ਪਰ ਕਿਉਂਕਿ ਉਹ ਇਸ ਸਿਸਟਮ ਦਾ ਹਿੱਸਾ ਰਹੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਕਿਸ ਤਰੀਕੇ ਨਾਲ ਸਿਸਟਮ ਨੂੰ ਜਿਹੜਾ ਹੈਗਾ ਮੈਨੀਪੂਲੇਟ ਕਰਨਾ ਜਾਂ ਕਿੱਦਾਂ ਅਸੀਂ ਜਿਹੜੀਆਂ ਨੀਤੀਆਂ ਯੂਜ਼ ਕਰਨੀਆਂ ਏ ਤੇ ਉੱਪਰ ਦੀ ਜੇ ਸੈਂਟਰ ਦਾ ਥਾਪੜਾ ਹੋਵੇ ਕਿਉਂਕਿ ਪੰਜਾਬ ਐਂਡ ਹਾਈ ਕੋਰਟ ਦੇ ਵਿੱਚੋਂ ਇਦਾਂ ਦੀ ਜਿਹੜੀ ਹੈਗੀ ਹੈ ਜਿਹੜੀ ਜਜਮੈਂਟ ਜਿਹੜੀ ਇਸ ਤਰੀਕੇ ਦੀ ਜਿਹੜੀ 82 ਪੰਨਿਆਂ ਦੀ ਜਿਹੜੀ ਰਿਪੋਰਟ ਸੀ ਉਸ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਸਨ ਇਹਨਾਂ ਬਾਰੇ ਕੁਝ ਕਿਹਾ ਗਿਆ ਸੀ ਕਿ ਇਦਾਂ ਕਰਕੇ ਇਹ ਐਵੀਡੈਂਸ ਨੂੰ ਜਿਹੜਾ ਕਰ ਸਕਦੇ ਆ ਮੋਲਡ ਕਰ ਸਕਦੇ ਆ ਆਪਣੇ ਵੱਲ ਭੁਗ ਸਕਦੇ ਆ ਪਰ ਫਿਰ ਵੀ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਇਹਨਾਂ ਨੂੰ ਕਿਹਾ ਕਿ ਨਹੀਂ ਇਹਨਾਂ ਨੂੰ ਕੋਈ ਫੜਨ ਦੀ ਜਰੂਰਤ ਨਹੀਂ ਹੈਗੀ ਜਿਹੇ ਹਾਲ ਦੀ ਗੱਡੀ ਹੈ ਇਨੀ ਕਾਲੀ ਗੱਦੀ ਹੈ ਤੁਹਾਨੂੰ 29 ਸਾਲ ਹੋ ਗਏ ਕਹਿੰਦੇ ਕਾਲੀ ਗੱਦੀ ਹੈ 29 ਸਾਲ ਹੋ ਗਏ ਕਾਲੀ ਗੱਦੀ ਹੈ ਤੇ ਇਹ ਅਜੇ ਉਹਦੇ 'ਚ ਇਹਨਾਂ ਨੂੰ ਖੁੱਲੀ ਜ਼ਮਾਨਤ ਮਿਲੀ ਹੈ ਕਿ ਇਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਅਗ ਆਪ ਹੀ ਦੇਖੋ ਵੀ ਉਹ ਚ ਅਰੈਸਟ ਹੋਊਗੀ ਕਿਸ ਤਰੀਕੇ ਨਾਲ ਹੋਊਗੀ ਇਹਦੇ ਬਾਰੇ ਕੋਈ ਗੱਲ ਜਿਹੜੀ ਕਲੀਅਰ ਨਹੀਂ ਹੈਗੀ ਪਰ ਦੁਬਾਰਾ ਅਸੀਂ ਕਹਿੰਦੇ ਹੁੰਦੇ ਆ ਕਿ ਜਿਹੜਾ ਕੇਸ ਹੈ ਨਾ ਕਿਉਂਕਿ ਕੇਸ ਇੰਨਾ ਜਿਆਦਾ ਸਟਰੋਂਗ ਹੈ ਜੇ ਕੋਈ ਜੱਜ ਇਮਾਨਦਾਰੀ ਨਾਲ ਫੈਸਲਾ ਦਵੇ ਜੇ ਕੋਈ ਜੱਜ ਉੱਥੇ ਇਮਾਨਦਾਰੀ ਨਾਲ ਜੇ ਆਪਾਂ ਕਹੀ ਕਿ ਤਰੀਕਾ ਵੀ ਇਦਾਂ ਭਾਵੇਂ ਪੈਂਦੀਆਂ ਰਹਿਣ ਤੇ ਇਹਦਾ ਡਿਸੀਜਨ ਆਏਗਾ ਬਟ ਡਿਪੈਂਡ ਉੱਥੇ ਇਹੀ ਕਰਦਾ ਕਿ ਕੀ ਮਨਸ਼ੇ ਕੀ ਹੈਗੇ ਆ ਜਾਂ ਜੋ ਉਹਨਾਂ ਦੀ ਪਿੱਠ ਥਾਪੜ ਰਿਹਾ ਉਹ ਕਿੱਥੇ ਖੜੇ ਆ ਬਿਲਕੁਲ ਬਿਲਕੁਲ ਪਰ ਇੱਥੇ ਹੁਣ ਇਹ ਵੀ ਗੱਲ ਆ ਜਾਂਦੀ ਹੈ ਵੀ ਪੰਜ ਐਸੇ ਪੁਲਿਸ ਅਫਸ ਤੇ ਮੁੱਖ ਮੰਤਰੀ ਇਹ ਕਹਿ ਕੇ ਛਡਾ ਲੈਂਦਾ ਵੀ ਇਹਨਾਂ ਤੇ ਰਹਿਮ ਕੀਤੀ ਜਾਵੇ ਉਹਨਾਂ ਦੇ ਕੋਲ ਪਾਵਰ ਹੈ ਜੇ ਹੁਣ ਸੁਮੇਤ ਸੈਣੀ ਹੋਰੀ ਫੜੇ ਵੀ ਜਾਂਦੇ ਨੇ ਭਈ ਹੋ ਸਕਦਾ ਇਹਨਾਂ ਨੂੰ ਵੀ 1-2 ਸਾਲ ਰੱਖ ਕੇ ਜਾਂ 6 ਮਹੀਨੇ ਰੱਖ ਕੇ ਫਿਰ ਇਹਨਾਂ ਦੀ ਵੀ ਇਦਾਂ ਦੀ ਪਾਦਤੀ ਜਾਵੇ ਲੈਟਰ पे ਇਹਨਾਂ ਨੂੰ ਵੀ ਛੱਡ ਦਿਓ ਜੀ ਇਹ ਇਹ ਸਿਸਟਮ ਦੇ ਵਿੱਚ ਤੁਹਾਨੂੰ ਲੱਭਣਾ ਕੁਛ ਨਹੀਂ ਹੈ ਪਰ ਉਹ ਹੁੰਦਾ ਨਾ ਕਿ ਜਿਸ ਤਰੀਕੇ ਨਾਲ ਜੋ ਵੀ ਹੈਗਾ ਕੋਸ਼ਿਸ਼ ਤੁਹਾਨੂੰ ਕਰਦੇ ਰਹਿਣਾ ਪਵੇਗਾ ਜੇ ਆਪਾਂ ਕਹਿ ਦੀ ਨਾ ਕਿ ਬਿਲਕੁਲ ਹੀ ਆਪਾਂ ਨੇ ਢਾਹ ਲੋ ਕੇ ਬੈਠ ਜੀ ਲੋੜ ਹੀ ਨਹੀਂ ਹੈਗੀ ਹੁਣਾਂ ਹੀ ਨਹੀਂ ਕੁਝ ਹੋਣਾ ਹੀ ਨਹੀਂ ਪਰ ਜੋ ਸਿਸਟਮ ਦਿੱਤਾ ਉਹਦੇ 'ਚ ਤੁਸੀਂ ਜਾ ਕੇ ਤੇ ਲੜੋ ਕੇਸ ਤੇ ਪਾਓ ਉਹਨਾਂ ਨੂੰ ਸ਼ਰਮਿੰ ਉਹਨਾ ਸੁਮੇਸ਼ ਸੈਣੀ ਵਾਲੇ ਕੇਸ ਤੇ ਸ਼ੁਰੂ ਤੋਂ ਹੀ ਆਪਾਂ ਇਹਦੀ ਕੈਲੀਬੀ ਰਿਪੋਰਟਿੰਗ ਵੀ ਦੀ ਆਪਾਂ ਕਰਦੇ ਰਹੇ ਹਾਂ ਜਿੱਦਾਂ ਜਿੱਦਾਂ ਹੋਇਆ ਸਾਰਾ ਕੁਝ ਆਪਾਂ ਦਿਖਾਉਂਦੇ ਰਹੇ ਹਾਂ ਤੇ ਆਪਾਂ ਬਾਰ ਬਾਰ ਇਹੀ ਕਹਿੰਦੇ ਹੁੰਦੇ ਸੀ ਕਿ ਸੁਮੇਸ਼ ਸੈਣੀ ਦਾ ਕੇਸ ਜਿਹੜਾ ਹੈਗਾ ਇਹ ਇੰਡੀਅਨ ਜੁਡੀਸ਼ਰੀ ਸਿਸਟਮ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਖੜਾ ਕਰੇਗਾ ਕਿਉਂਕਿ ਜੇ ਲੋਕਲ ਕੋਰਟ ਨੇ ਕਹਿਤਾ ਵੀ ਇਹ ਬੰਦਾ ਗਲਤ ਆ ਹਾਈ ਕੋਰਟ ਨੇ ਕਹਿਤਾ ਅਗ ਬੰਦਾ ਗਲਤ ਹੈਗਾ ਵੀ ਕਹਿ ਲੋ ਬੰਦਾ ਗਲਤੀ ਆਪਾਂ ਬੜੀ ਯੂਜ਼ ਕਰ ਰਹੇ ਹਾਂ ਜਦੋਂ ਆਪਾਂ ਕਾਲੀ ਲੈਂਗੁਏਜ ਕਹਿ ਲੈਂਦੇ ਹਾਂ ਵੀ ਜਾਂ ਉਹਨਾਂ ਨੇ ਕਹਿਤਾ ਵੀ ਇਹਦੀ ਜਿਹੜੀ ਜ ਹੂੰ ਕਿ ਨਹੀਂ ਜੀ ਤੁਹਾਨੂੰ ਕਾਲੀ ਗਾਦੀ ਹੈਗੀ ਔਰ ਸੁਪਰੀਮ ਕੋਰਟ ਇਹ ਉਸੇ ਤਰ੍ਹਾਂ ਦੇ ਸਿਮਿਲਰ ਕੇਸ ਦੇ ਵਿੱਚ ਬਿਰਸਾ ਸਿੰਘ ਬਲਟੋਆ ਵਾਲੇ ਕੇਸ 'ਚ ਕਹਿੰਦੇ ਆਗੇ ਜੀ ਐਨੇ ਸਾਲ ਹੋ ਗਏ 86 ਦਾ ਕੇਸ ਹੈਗਾ ਤੁਸੀਂ ਅਜੇ ਤੱਕ ਬੰਦਾ ਫੜਿਆ ਕਿਉਂ ਫੜਿਆ ਕਿਉਂ ਨਹੀਂ ਹੈਗਾ ਹੁਣ ਮਤਲਬ 86 ਵਾਲੇ ਕੇਸ 'ਚ ਬੰਦਾ ਫੜਿਆ ਕਿਉਂ ਨਹੀਂ ਤੇ 92 ਵਾਲੇ ਕੇਸ ਤੁਸੀਂ ਕਹਿੰਦੇ ਵੀ ਤੁਹਾਨੂੰ ਕਾਲੀ ਗਾਦੀ ਆ ਉਧਰ ਦੇਰ ਹੋਈ ਜਾਂਦੀ ਹੈ ਤਾਂ ਇਧਰ ਕਾਲੀ ਗਾਦੀ ਹੈਗੀ ਹੈ ਬਿਲਕੁਲ ਜਿੱਥੇ ਸਿੱਖ ਚਿਹਰਾ ਉੱਥੇ ਦੇਰ ਹੋਈ ਜਾ ਰਹੀ ਹੈ ਤੇ ਜੇ ਇਧਰਲੇ ਬੰਨੇ ਜਿਹੜਾ ਜਿੰਨੇ ਸਿੱਖਾਂ ਦਾ ਕਤਲੇਆਮ ਕੀਤਾ ਹੋਵੇ ਤੇ ਉਧਰ ਕਹਿੰਦੇ ਵੀ ਕਾਲੀ ਗਾਦੀ ਬਿਲਕੁਲ ਪੰਡਾ ਪੰਡਾਰੀਆ ਕਿੱਡਾ ਘੁਪਾਰ ਇੱਕ ਮੁਠੀ ਚੁੱਕ ਲੈ ਦੂਜਾ ਤਿਆਰ ਹੋ ਜਾਂਦਾ ਸੋ ਇਸੇ ਤਰ੍ਹਾਂ ਤਿਆਰ ਹੋਈ ਜਾ ਰਹੇ ਆ ਤੇ ਇੱਕ ਤਰ੍ਹਾਂ ਦਾ ਖੇਡੇ ਲਾਇਆ ਹੋਇਆ ਆਰੇ ਲਾਇਆ ਹੋਇਆ ਬੱਚੇ ਨੂੰ ਕਿਵੇਂ ਕਹਦੀ ਐ ਸੋ ਇਸ ਤਰ੍ਹਾਂ ਦਾ ਹੋ ਰਿਹਾ ਸੋ ਦੇਖਦੇ ਆ ਕੀ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਸੁਮੇਤ ਸਿਆਣੀ ਵਾਲੇ ਕੇਸ ਦੇ ਵਿੱਚ